ਦੇਖੋ ਪਾਕਿਸਤਾਨੀ ਮੁੰਡਿਆਂ ਨੇ ਇੱਕ ਪੰਜਾਬੀ ਮੁੰਡੇ ਦਾ ਸ਼ਰੇਆਮ ਦੁਬਈ ਦੇ ਵਿੱਚ ਕਤਲ ਕਰ ਦਿੱਤਾ ਹੈ। ਦੱਸ ਦਈਏ ਕਿ ਪਾਕਿਸਤਾਨੀ ਮੁੰਡਿਆਂ ਦੇ ਨਾਲ ਪੰਜਾਬ ਦੇ ਮੁੰਡੇ ਦੀ ਲੜਾਈ ਹੋਈ ਸੀ ਅਤੇ ਇਸ ਲੜਾਈ ਦੇ ਵਿੱਚ ਕਿਹਾ ਜਾ ਰਿਹਾ ਕਿ ਪਾਕਿਸਤਾਨੀ ਮੁੰਡਿਆਂ ਨੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਇੱਕ ਪੰਜਾਬੀ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਇਹ ਮੁੰਡਾ ਚੰਗੇ ਭਵਿੱਖ ਦੇ ਲਈ ਪੰਜਾਬ ਤੋਂ ਦੁਬਈ ਦੇ ਵਿੱਚ ਗਿਆ ਸੀ। ਮਾਪਿਆਂ ਨੇ ਆਪਣੀ ਜ਼ਮੀਨ ਦੇ ਉੱਤੇ ਕਰਜ਼ਾ ਚੁੱਕਿਆ ਸੀ, ਬੈਂਕ ਤੋਂ ਲੋਨ ਲਿਆ ਸੀ, ਰਿਸ਼ਤੇਦਾਰਾਂ ਤੋਂ ਪੈਸੇ ਫੜੇ ਸੀ। ਇਹ ਪੈਸੇ ਫੜ ਕੇ ਸੋਚਿਆ ਸੀ ਕਿ ਸ਼ਾਇਦ ਉਹਨਾਂ ਦਾ ਪੁੱਤ ਜੋ ਹੈ ਅੱਗੇ ਜਾ ਕੇ ਚੰਗੀ ਮਿਹਨਤ ਕਰੇਗਾ ਅਤੇ ਉਹਨਾਂ ਦਾ ਨਾਮ ਰੋਸ਼ਨ ਕਰੇਗਾ, ਪਰ ਇੱਥੇ ਪਾਕਿਸਤਾਨੀ ਮੁੰਡਿਆਂ ਦੇ ਨਾਲ ਇਸ ਮੁੰਡੇ ਦੀ ਲੜਾਈ ਹੋ ਜਾਂਦੀ ਹੈ। ਹਾਲਾਂਕਿ ਕਿਹਾ ਜਾ ਰਿਹਾ ਕਿ ਜਿਸਦੇ ਕੋਲ ਇਹ ਮੁੰਡਾ ਰਹਿੰਦਾ ਸੀ ਉਸਦੀ ਲੜਾਈ ਹੋਈ ਸੀ, ਪਰ ਰਾਤ ਦੇ ਸਮੇਂ ਪਾਕਿਸਤਾਨੀ ਮੁੰਡਿਆਂ ਨੇ ਅਚਾਨਕ ਆ ਕੇ ਦੋਵਾਂ 'ਤੇ ਹੀ ਹਮਲਾ ਕਰ ਦਿੱਤਾ, ਜਿਸ ਦੇ ਵਿੱਚ ਪੰਜਾਬ ਦੇ ਰਾਏਕੋਟ ਦਾ ਰਹਿਣ ਵਾਲਾ ਮਨਜੋਤ ਸਿੰਘ ਵੀ ਨਾਲ ਹੀ ਉਹਨਾਂ ਨੇ ਰਗੜ ਦਿੱਤਾ ਅਤੇ ਉਸਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਹੈ। ਤਾਂ ਖਬਰ ਜਗਰਾਓਂ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਪੰਜਾਬੀ ਨੌਜਵਾਨ ਦਾ ਦੁਬਈ ਦੇ ਵਿੱਚ ਕਤਲ ਕਰ ਦਿੱਤਾ ਗਿਆ। ਚੰਗੇ ਭਵਿੱਖ ਦੇ ਲਈ ਇਹ ਦੁਬਈ ਇੱਕ ਸਾਲ ਪਹਿਲਾਂ ਰਾਏਕੋਟ ਤੋਂ ਗਿਆ ਸੀ, ਤਾਂ ਪਰਿਵਾਰ ਨੇ ਕਰਜ਼ਾ ਚੁੱਕ ਕੇ ਇਸ ਨੂੰ ਦੁਬਈ ਭੇਜਿਆ ਸੀ, ਪਰ ਉੱਥੇ ਜਿਸ ਮੁੰਡੇ ਦੇ ਨਾਲ ਇਹ ਰਹਿੰਦਾ ਸੀ ਉਸਦੀ ਲੜਾਈ ਜੋ ਹੈ ਉਹ ਪਾਕਿਸਤਾਨ ਦੇ ਮੁੰਡਿਆਂ ਦੇ ਨਾਲ ਹੋ ਜਾਂਦੀ ਹੈ ਅਤੇ ਉਸ ਤੋਂ ਬਾਅਦ ਦੇ ਵਿੱਚ ਪਾਕਿਸਤਾਨੀ ਮੁੰਡੇ ਇਕੱਠੇ ਹੋ ਕੇ ਆਉਂਦੇ ਨੇ ਅਤੇ ਦੋਵਾਂ ਦੇ ਉੱਤੇ ਹੀ ਹਮਲਾ ਕਰ ਦਿੰਦੇ ਨੇ। ਹਾਲਾਂਕਿ ਜਿਸ ਦੇ ਨਾਲ ਉਹਨਾਂ ਦੀ ਲੜਾਈ ਹੁੰਦੀ ਹੈ ਉਹ ਮੁੰਡਾ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਅਤੇ ਇਹ ਮੁੰਡਾ ਮੌਕੇ 'ਤੇ ਇਕੱਲਾ ਹੀ ਫਸ ਜਾਂਦਾ ਹੈ, ਜਿਸ ਤੋਂ ਬਾਅਦ ਪਾਕਿਸਤਾਨੀ ਮੁੰਡਿਆਂ ਦੇ ਵੱਲੋਂ ਇਸ ਮੁੰਡੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਹਾਲਾਂਕਿ 3 ਦਿਨਾਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਇਸ ਗੱਲ ਦੀ ਸੱਚਾਈ ਪਤਾ ਲੱਗਦੀ ਹੈ। ਫਿਲਹਾਲ ਕਿਹਾ ਜਾ ਰਿਹਾ ਕਿ ਦੁਬਈ ਦੀ ਪੁਲਿਸ ਨੇ 3 ਮੁੰਡਿਆਂ ਨੂੰ ਗ੍ਰਿਫਤਾਰ ਵੀ ਕਰ ਲਿਆ, ਪਰ ਕਿਤੇ ਨਾ ਕਿਤੇ ਹੁਣ ਪਰਿਵਾਰਕ ਮੈਂਬਰਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਜੋ MP ਨੇ ਡਾਕਟਰ ਅਮਰ ਸਿੰਘ ਕਿ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਵੇ ਤਾਂ ਜੋ ਉਸਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ। ਤਾਂ ਮਨਜੋਤ ਸਿੰਘ ਵਜੋਂ ਇਸ ਮੁੰਡੇ ਦੀ ਪਹਿਚਾਣ ਹੋਈ ਹੈ ਜੋ ਕਿ 1 ਸਾਲ ਪਹਿਲਾਂ ਹੀ ਪੰਜਾਬ ਦੇ ਰਾਏਕੋਟ ਤੋਂ ਦੁਬਈ ਦੇ ਲਈ ਰਵਾਨਾ ਹੋਇਆ ਸੀ, ਚੰਗੇ ਭਵਿੱਖ ਦੇ ਲਈ ਉੱਥੇ ਕੰਮ ਵੀ ਚੰਗਾ ਕਰ ਰਿਹਾ ਸੀ, ਪਰ ਇਸ ਦੇ ਨਾਲ ਦੇ ਮੁੰਡੇ ਦੀ ਪਾਕਿਸਤਾਨੀ ਮੁੰਡਿਆਂ ਦੇ ਨਾਲ ਲੜਾਈ ਹੋ ਜਾਂਦੀ ਹੈ ਅਤੇ ਪਾਕਿਸਤਾਨੀ ਮੁੰਡੇ ਆ ਕੇ ਇਸ ਨੂੰ ਹੀ ਮੌਤ ਦੇ ਘਾਟ ਉਤਾਰ ਕੇ ਫਰਾਰ ਹੋ ਜਾਂਦੇ ਨੇ। ਮੇਰਾ ਨਾਮ ਆਤਮਾ ਸਿੰਘ ਜੀ, ਇਹ ਘਟਨਾ ਜੀ ਮੇਰਾ ਕਜ਼ਨ ਸੀਗਾ ਜੀ, ਇਹ ਤਕਰੀਬਨ 1 ਸਾਲ ਪਹਿਲਾਂ ਦੁਬਈ ਗਿਆ ਸੀਗਾ ਐਜ਼ ਏ ਕਲੀਨਰ। ਉੱਥੇ ਵੀ ਰਾਤ ਕੋਈ ਲੜਾਈ ਹੋਈ ਆ, ਕੋਈ ਪਾਕਿਸਤਾਨ ਦੇ ਮੁੰਡੇ ਸੀਗੇ 10-12 ਜਾਣੇ ਜਿਨ੍ਹਾਂ ਨੇ ਕਿਰਚਾਂ ਮਾਰ ਕੇ ਇਹਦਾ ਕਤਲ ਕਰ ਦਿੱਤਾ ਜੀ। ਸਾਨੂੰ ਤਕਰੀਬਨ ਪਤਾ ਲੱਗਿਆ, ਪਹਿਲਾਂ ਸਾਡੇ ਕੋਈ ਰਿਸ਼ਤੇਦਾਰ ਹੈਗਾ ਉੱਧਰ ਗੁਰਵਿੰਦਰ ਸਿੰਘ, ਅਤੇ ਉਹਨੇ ਪਤਾ ਕਰਿਆ ਵੀ ਹਾਂ ਆਪਣੇ ਬੰਦੇ ਦੇ ਮਤਲਬ ਸੱਟਾਂ ਲੱਗੀਆਂ ਜ਼ਿਆਦਾ ਸੀਰੀਅਸ ਹਾਲਤ ਵਿੱਚ ਆ। 22-23 ਤਰੀਕ ਨੂੰ ਸਾਨੂੰ ਕਨਫਰਮ ਹੋ ਗਿਆ ਵੀ ਉਹਦੀ ਡੈਥ ਹੋ ਚੁੱਕੀ ਆ। ਉਸ ਤੋਂ ਬਾਅਦ ਅਸੀਂ ਡਾਕਟਰ ਸਾਹਿਬ ਨਾਲ ਸੰਪਰਕ ਕੀਤਾ, ਆਪਣੇ ਮੈਂਬਰ ਪਾਰਲੀਮੈਂਟ ਫਤਿਹਗੜ੍ਹ ਸਾਹਿਬ, ਅਤੇ ਉਹਨਾਂ ਨੇ ਦਿੱਲੀ ਸੰਪਰਕ ਕਰਕੇ ਲੈਟਰ ਭਿਜਵਾਇਆ, ਫਿਰ ਸਾਨੂੰ ਪਤਾ ਲੱਗ ਗਿਆ ਅਤੇ ਫੈਰੋਸਿਕ ਰਿਪੋਰਟ ਆ ਗਈ ਜਿਹਦੇ ਵਿੱਚ ਇਹਦੇ ਸੁਰਾ ਮਾਰ ਕੇ ਕਤਲ ਕੀਤਾ ਗਿਆ। ਅਤੇ ਇਸ ਦੇ ਨਾਲ ਇੱਕ ਪਾਕਿਸਤਾਨੀ ਮੁੰਡਾ ਹੋਰ ਸੀ, ਉਹ ਵੀ ਸੀਰੀਅਸ ਸੀ, ਉਹ ਐਡਮਿਟ ਹਸਪਤਾਲ ਐਡਮਿਟ ਆ, ਅਤੇ ਇੱਕ ਹੋਰ ਸੀਗਾ ਅਤੇ ਉਹਨੂੰ ਛੁੱਟੀ ਮਿਲ ਗਈ ਆ। ਇਹ ਜੀ ਬਿਲਕੁਲ SC ਪਰਿਵਾਰ ਆ, ਗਰੀਬ ਪਰਿਵਾਰ ਆ ਜੀ, ਨਰੇਗਾ 'ਚ ਮਾਂ ਕੰਮ ਕਰਦੀ ਆ, ਪਿਓ ਦਿਹਾੜੀ ਜੋਤਾ ਜਾਂਦਾ, ਕਰਜ਼ਾ ਚੱਕ ਕੇ ਵਿਆਜ 'ਤੇ ਪੈਸੇ ਲੈ ਕੇ ਚੰਗੇ ਭਵਿੱਖ ਲਈ ਇਹਨੂੰ ਭੇਜਿਆ ਵੀ ਚਲੋ ਹੈ ਜੀ। ਨਹੀਂ, ਇੰਡੀਆ ਬਾਰੇ ਤਾਂ ਕੋਈ ਗੱਲ ਨਹੀਂ ਹੋਈ ਹੈਗੀ ਜੀ। ਉੱਥੇ ਜੱਬਰ ਅਲੀ ਸ਼ਹਿਰ ਆ ਜੀ, ਉੱਥੇ ਦੀ ਕੋਈ ਕੰਪਨੀ ਆ ਜਿਹਦੇ ਵਿੱਚ ਕੰਮ ਕਰਦਾ ਸੀ ਐਜ਼ ਏ ਕਲੀਨਰ।
ਅਸੀਂ ਸਰਕਾਰ ਕੋਲ ਇਹੀ ਮੰਗ ਕਰਦੇ ਹਾਂ ਜੀ, ਇੱਕ ਤਾਂ ਜਿਹੜੀ ਉਹਦੀ ਡੈੱਡ ਬੋਡੀ ਆ ਉਹ ਜਲਦੀ ਤੋਂ ਜਲਦੀ ਇੰਡੀਆ ਲਿਆਂਦੀ ਜਾਵੇ ਤਾਂ ਜੋ ਮਾਂ ਬਾਪ ਆਪਦੇ ਹੱਥੀਂ ਉਹਦਾ ਸੰਸਕਾਰ ਕਰ ਸਕਣ। ਅਤੇ ਬਿਲਕੁਲ ਹੀ ਗਰੀਬ ਪਰਿਵਾਰ ਆ ਜਿਨ੍ਹਾਂ ਨੇ ਕਰਜ਼ਾ ਚੱਕ ਕੇ ਉੱਥੋਂ ਵਿਦੇਸ਼ ਭੇਜਿਆ, ਅਤੇ ਇਹਨਾਂ ਦੀ ਜਿਹੜੀ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਇਹਨਾਂ ਦਾ ਜਿਹੜਾ ਬੁਢਾਪਾ ਉਹ ਸੁਖਾਲਾ ਲੰਘ ਸਕੇ ਜੀ। ਮੇਰਾ ਨਾਮ ਹਰਜੀਤ ਸਿੰਘ ਹੈ ਜੀ। ਇਹ ਜੀ ਪੂਰੇ ਚਾਚਾ ਜੀ ਦਾ ਮੁੰਡਾ ਸੀਗਾ ਜੀ, ਇਹ ਦੁਬਈ ਗਿਆ ਸੀਗਾ ਜੀ। ਉਹਦਾ ਨਾਮ ਮਨਜੋਤ ਸਿੰਘ ਹੈ ਜੀ, ਸਨ ਆਫ ਦਿਲਵਾਕ ਸਿੰਘ ਹੈ ਜੀ। ਕਦੋਂ ਗਿਆ ਸੀ ਦੁਬਈ? ਉਹਨਾਂ ਨੂੰ ਜੀ ਹਜੇ ਸਾਲ ਕੀ ਹੋਇਆ ਸੀਗਾ ਜੀ ਗਏ ਨੂੰ। ਹਾਂਜੀ, ਕਿੰਨੀ ਉਮਰ ਸੀਗੀ? ਉਹਨਾਂ ਦੀ ਉਮਰ ਜੀ 20 ਸਾਲ ਦੀ ਸੀਗੀ ਜੀ। ਗੱਲਬਾਤ ਜੀ, ਉੱਥੇ ਕੋਈ ਹੋਰ ਮੁੰਡੇ ਦੀ ਲੜਾਈ ਸੀਗੀ ਜੀ। ਉਹ ਮੁੰਡੇ ਨੇ ਜਾਣੀ ਕਿ ਇਹਨੂੰ ਰਾਤ ਨੂੰ 2 ਵਜੇ ਠਾਲਿਆ ਜੀ, ਉਹ ਨਾਲ ਲੈ ਕੇ ਗਿਆ ਜੀ ਇਹਨੂੰ। ਉਸ ਤੋਂ ਬਾਅਦ ਦੇ ਵਿੱਚ ਜੀ ਉਹ ਜਾਣੀ ਕਿ ਸੱਟ ਉਹਦੇ ਵੀ ਆ, ਉਹ ਜਾਣੀ ਕਿ ਸੈਡ ਹੋ ਗਿਆ, ਅਤੇ ਸਾਰਿਆਂ ਨੂੰ ਪਹਿਲਾਂ ਇਹਦੇ ਮਾਰੀਆਂ ਜੀ ਉਹਨਾਂ ਨੇ, ਕਿਰਚਾ ਮਾਰ ਕੇ ਜੀ ਇਹਦੇ ਦਿਲ 'ਚ ਇਹਦਾ ਕਤਲ ਕਰਤਾ ਜੀ। ਉੱਥੇ ਉਹ ਪਾਕਿਸਤਾਨੀ ਸੀਗੇ ਜੀ ਉੱਥੋਂ। ਹੁਣ ਤੁਸੀਂ ਕੀ ਮੰਗ ਕਰਦੇ ਹੋ? ਹੁਣ ਅਸੀਂ ਇਨਸਾਫ ਲੈਣਾ ਚਾਹੁੰਦੇ ਹਾਂ ਜੀ, ਸਾਡਾ ਭਰਾ ਸਾਡੇ ਕੋਲ ਆਉਣਾ ਚਾਹੇ ਜੀ, ਅਸੀਂ ਇਹਨੂੰ ਘਰੇ ਲੈ ਕੇ ਆਈਏ ਜੀ, ਜਿੱਦਾਂ ਦਾ ਵੀ ਹੈ ਉੱਦਾਂ ਦਾ ਹੀ ਅਸੀਂ ਲੈ ਕੇ ਆਈਏ ਜੀ। ਹਾਂਜੀ, ਅੱਗੇ ਜੀ ਮੇਰੇ ਤਾਏ ਜੀ ਦਾ ਬੇਟਾ ਸੀਗਾ ਜੀ, ਉਹ ਸਾਊਦੀ ਅਰਬ 'ਚ ਸੀਗਾ ਜੀ, ਉਹਨੂੰ 6 ਮਹੀਨੇ ਹੋ ਗਏ ਸੀਗੇ ਗਏ ਨੂੰ ਜੀ, ਉਹਦੀ ਐਕਸੀਡੈਂਟ ਨਾਲ ਡੈਥ ਹੋ ਗਈ ਸੀਗੀ, ਅਤੇ ਉਹ ਵੀ ਜਾਣੀ ਕਿ ਸਾਡੇ ਕੋਲ 2 ਮਹੀਨਿਆਂ ਦਾ ਕਰੀਬ ਹੀ ਪਹੁੰਚੀ ਆ ਡੈੱਡ ਬੋਡੀ ਉਹਦੀ। ਮਨਜੋਤ ਦੀ ਡੈਥ ਦਾ ਜੀ ਸਾਨੂੰ ਪਹਿਲਾਂ 2-3 ਦਿਨ ਤਾਂ ਜੀ ਪਤਾ ਹੀ ਨਹੀਂ ਲੱਗਿਆ, ਆਲੇ ਦੁਆਲੇ ਲੋਕਾਂ ਤੋਂ ਪਤਾ ਲੱਗਿਆ ਸਾਨੂੰ। ਉਦੋਂ ਬਾਅਦ ਦੇ ਵਿੱਚ 2-3 ਦਿਨਾਂ ਬਾਅਦ ਸਾਡੇ ਕੋਲ ਗੱਲ ਆਈ ਹੈ ਜੀ, ਫਿਰ ਅਸੀਂ ਛਾਣਬੀਣ ਕਰੀਏ ਜੀ ਸਾਰੀ ਗੱਲਬਾਤ ਦੀ, ਕੀ ਗੱਲਬਾਤ ਹੈ ਜੀ। ਅੱਛਾ, ਉੱਧਰ ਕੋਈ ਉਹਨਾਂ ਤੇ ਜਿਨ੍ਹਾਂ ਨੇ ਕਾਰਵਾਈ ਕੀਤੀ ਆ ਉਹਨਾਂ ਤੇ ਕੋਈ ਕਾਰਵਾਈ ਹੋਈ ਆ ਕੋਈ? ਉਹਨਾਂ ਦੇ ਜੀ ਕਾਰਵਾਈ ਕਹਿਣ ਦਾ ਜੀ ਹੁਣ ਜਿਵੇਂ ਸਾਨੂੰ ਦੱਸ ਰਿਹਾ ਜੀ, ਉੱਥੇ ਕਹਿੰਦੇ ਆ ਵੀ 2-3 ਜਾਣੇ ਫੜੇ ਹੋਏ ਹੈਗੇ ਜੀ ਨਾਲ, ਜਿਹੜੇ ਮੁੰਡਿਆਂ ਨੇ ਕਰਿਆ ਵੀ, ਬਾਕੀ ਉਹ ਸਾਰੇ ਜਾਣੀ ਕਿ ਟੋਟਲ 12 ਜਾਣੇ ਸੀਗੇ ਜੀ, ਉਹਨਾਂ ਦੇ ਵਿੱਚੋਂ 4 ਜਾਣੇ ਗ੍ਰਿਫਤਾਰ ਹੋਏ ਆ ਜੀ। ਹਾਂਜੀ, ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਜੀ ਅਸੀਂ ਵੀ ਸਾਨੂੰ ਡੈੱਡ ਬੋਡੀ ਦਿੱਤੀ ਜਾਵੇ, ਅਸੀਂ ਉਹਦੀ ਮਿੱਟੀ ਆ ਜਿਹੜੀ ਉਹ। ਕੋਈ ਨਹੀਂ ਜੀ, ਬਸ ਸਾਡੀ ਇੱਕ ਸਿਸਟਰ ਆ, ਉਹ ਵਿਆਹੀ ਹੋਈ ਹੈ ਜੀ, ਇਕੱਲਾ ਹੀ ਭਰਾ ਸੀਗਾ ਜੀ, ਮਾਂ ਬਾਪ ਦਾ ਇਕੱਲਾ ਹੀ ਬੇਟਾ ਸੀਗਾ। ਹਾਂਜੀ, ਅਸੀਂ ਉਹਨੂੰ ਕਰਜ਼ਾ ਚੱਕ ਕੇ ਉਹਨੂੰ ਭੇਜਿਆ ਸੀਗਾ ਜੀ ਬਾਹਰ ਬੈਂਕ ਚੋਂ। ਕਿਵੇਂ ਭੇਜਿਆ ਸੀ? ਅਸੀਂ ਜੀ ਬੈਂਕ ਚੋਂ ਲੋਨ ਲਾਣ ਲੈ ਕੇ ਜੀ, ਕਰਜ਼ਾ ਲੈ ਕੇ ਥੋੜੇ ਸਾਈਡ ਤੋਂ ਪੈਸੇ ਲੈ ਕੇ ਰਿਸ਼ਤੇਦਾਰਾਂ ਤੋਂ, ਤਾਂ ਕਰਕੇ ਅਸੀਂ ਬਾਹਰ ਭੇਜਿਆ ਸੀਗਾ ਜੀ। ਉਹਨੂੰ ਪਿਤਾ ਜੀ ਕੀ ਕਰਦੇ ਆ? ਉਹਨਾਂ ਦੇ ਪਿਤਾ ਜੀ ਗੱਡੀ ਭਰਨ ਜਾਂਦੇ ਆ, ਦਿਹਾੜੀ ਜੋਤਾ ਹੀ ਕਰਦੇ ਆ ਜੀ, ਲੇਬਰ ਦਾ ਕੰਮ ਕਰਦੇ ਆ ਜੀ। ਤੁਹਾਡੀ ਇਸ ਬਾਬਤ ਕੋਈ ਡੈੱਡ ਬੋਡੀ ਮੰਗਾਉਣ ਸੰਬੰਧੀ ਕੋਈ ਗੱਲ ਹੋਈ ਕਿਸੇ ਨਾਲ ਉੱਥੇ ਕੰਪਨੀ 'ਚ ਜਾਂ ਕਿਸੇ ਹੋਰ ਅਧਿਕਾਰੀ ਨਾਲ? ਹਾਂਜੀ, ਗੱਲਬਾਤ ਚੱਲਦੀ ਹੈਗੀ ਹੈ ਜੀ ਸਾਡੀ, ਜਿਵੇਂ ਮੰਨ ਲਓ ਵੀ ਆਪਣਾ MP ਡਾਕਟਰ ਆ ਜੀ ਅਮਰ ਸਿੰਘ, ਉਹਨਾਂ ਨਾਲ ਸਾਡੀ ਗੱਲਬਾਤ ਹੋਈ ਆ, ਅਤੇ ਉਹਨਾਂ ਨੇ ਸਾਡੇ ਜਾਣੀ ਕਿ ਕਹਿਣ 'ਤੇ 2-3 ਮੇਲਾਂ ਵੀ ਕਰੀਆਂ ਨੇਗੀਆਂ ਜੀ ਉੱਧਰ, ਅਤੇ ਉਹ ਜਾਣੀ ਕਿ ਹਜੇ 2-4 ਦਿਨ 2-3 ਦਿਨ ਐਵੇਂ ਵਿੱਚ ਪਾਈ ਜਾਂਦੇ ਆ ਜੀ, 1-2 ਦਿਨ ਅੱਗੇ ਦੀ ਅੱਗੇ ਵਧਾਈ ਜਾਂਦੇ ਆ ਜੀ।